ਮੀਤ ਹੇਅਰ ਕਾਫੀ ਜ਼ਿਆਦਾ ਵਿਸ਼ਵਾਸ ਦੇ ਨਾਲ ਭਰੇ ਹੋਏ ਨਜ਼ਰ ਆ ਰਹੇ ਨੇ ਸੰਗਰੂਰ ਦੇ ਵਿੱਚ। ਗੱਲਬਾਤ ਇਹਨਾਂ ਨਾਲ ਕਰ ਲੈਂਦੇ ਹਾਂ। ਆਮ ਆਦਮੀ ਪਾਰਟੀ ਦੀ ਰਾਜਧਾਨੀ ਵੀ ਸੰਗਰੂਰ ਨੂੰ ਕਿਹਾ ਜਾਂਦਾ ਵਾ, ਔਰ ਕਹਿੰਦੇ ਮੋਦੀ ਦੀ ਹਨੇਰੀ ਦੇ ਵਿੱਚ 14 ਤੇ 19 ਦੇ ਵਿੱਚ ਲਗਾਤਾਰ ਇੱਥੋਂ ਭਗਵੰਤ ਮਾਨ ਜਿੱਤੇ, ਲੇਕਿਨ ਜਦੋਂ CM ਬਣਦੇ ਨੇ ਉਸ ਤੋਂ ਬਾਅਦ ਇਹ ਰਾਜਧਾਨੀ ਦੇ ਵਿੱਚ ਸੇਂਧਮਾਰੀ ਹੋ ਜਾਂਦੀ ਹੈ। ਇਸ ਵੇਲੇ ਸਿਚੁਏਸ਼ਨ ਕੀ ਹੈ? ਤੁਸੀਂ ਪੂਰਾ ਘੁੰਮੇ ਹੋ, 40% ਤੋਂ ਜ਼ਿਆਦਾ ਵੋਟਿੰਗ ਜਿਹੜੀ ਇਸ ਵੇਲੇ ਹੋ ਚੁੱਕੀ ਹੈ। ਪੰਕਜ ਜੀ, ਤੁਸੀਂ ਇੱਕ ਗੱਲ ਦੇਖਿਓ ਕਿ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪੋਲ ਵੀ ਮੈਨੂੰ ਲੱਗਦਾ ਹੋ ਸਕਦਾ ਸੰਗਰੂਰ 'ਚ ਹੋਵੇ, ਨਹੀਂ ਪਹਿਲੇ 2-3 ਤਾਂ ਅਸੀਂ ਰਹਾਂਗੇ। ਉਹਦਾ ਕਾਰਨ ਇੱਕੋ ਹੈ ਕਿ ਜਿਹੜੀ ਤੁਸੀਂ ਕਹਿ ਲਓ ਵੀ ਸੇਧ ਲੱਗ ਗਈ ਸੀ ਪਿਛਲੀ ਵਾਰੀ, ਉਹਦੇ ਕਰਕੇ ਸਾਡੇ ਸਾਰੇ ਵਰਕਰ, ਤੁਸੀਂ ਪਿੰਡਾਂ ਜਾ ਕੇ ਦੇਖੋ, ਸ਼ਹਿਰ ਦੇ ਕਿਸੇ ਗਲੀ ਮੁਹੱਲੇ, ਇੰਨਾ ਜ਼ੋਰ ਲਗਾ ਰਹੇ ਆ ਇਕੱਲੀ ਇਕੱਲੀ ਵੋਟ 'ਤੇ, ਕੋਈ ਪਰਵਾਹ ਨਹੀਂ। ਮੈਂ ਹਜੇ ਕਹਿੰਦਾ ਸੀ, ਮੈਂ ਖੈਰ ਕੂਲਰ ਕਰਨ ਲਵਾ ਰਹੇ ਹੋ ਪੋਲਿੰਗ ਸਟੇਸ਼ਨਾਂ 'ਤੇ, ਨਾ ਬਾਈ ਕਹਿੰਦੇ ਕੂਲਰ ਦਾ ਤਾਂ ਲਵਾਂਗੇ ਜੇ ਬੈਠਾਂਗੇ, ਅਸੀਂ ਉੱਥੇ ਬੈਠਣਾ ਹੀ ਨਹੀਂ, ਐਕਟਿਵਲੀ ਜਿਹੜਾ ਕੰਮ ਕਰਨਾ ਅਤੇ ਇਕੱਲੀ ਇਕੱਲੀ ਵੋਟ 'ਤੇ ਟਾਰਗੇਟ ਰੱਖਣਾ ਅਤੇ ਸਰਪੰਚੀ ਵਾਂਗੂ ਇਲੈਕਸ਼ਨ ਲੜਨੀ ਹੈ, ਦੋਵੇਂ ਹੋ ਰਹੇ, ਇਸੇ ਕਰਕੇ ਵੋਟ ਵੀ ਜ਼ਿਆਦਾ ਸੰਗਰੂਰ 'ਚ ਪੋਲ ਹੋ ਰਹੀ ਹੈ। ਅਤੇ ਸਾਰੇ ਪਾਸਿਓਂ ਪਿੰਡਾਂ 'ਚੋਂ ਕਿ ਸ਼ਹਿਰਾਂ 'ਚੋਂ ਇੱਕੋ ਆਵਾਜ਼ ਜਿਹੜੀ ਹੈ, ਕਿਉਂਕਿ ਤਾਂ ਸਵੇਰੇ 8 ਵਜੇ ਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਭਾਈ ਕਿਹੜੀ ਪਾਰਟੀ ਦਾ ਜਿਹੜਾ ਜ਼ੋਰ ਹੈ, ਸਾਰੇ ਪਾਸੇ ਇੱਕੋ ਆਵਾਜ਼ ਹੈ ਵੀ ਆਮ ਆਦਮੀ ਪਾਰਟੀ ਸੀਟ ਲੈ ਕੇ ਜਾ ਰਹੀ ਹੈ। ਅਰਵਿੰਦ ਖੰਨਾ ਭਾਜਪਾ ਦੇ ਉਮੀਦਵਾਰ ਨੇ ਸਿੰਬਲ ਲੈ ਕੇ BJP ਦਾ ਜਿਹੜਾ ਗਏ ਸੀ, ਸ਼ਿਕਾਇਤ ਤੁਹਾਡੇ ਵੱਲੋਂ ਕੀਤੀ ਗਈ ਹੈ? ਦੇਖੋ ਜੀ, ਇਹ ਇੱਕ ਵਾਰੀ ਕਹਿ ਲਓ ਵੀ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਜੀ ਵੀ ਇਹ ਕਰ ਚੁੱਕੇ ਆ, ਹੈ ਨਾ, ਤੁਸੀਂ ਮਤਲਬ ਕਿ ਪਹਿਲੀ ਵਾਰੀ ਇਲੈਕਸ਼ਨ ਨਹੀਂ ਲੜ ਰਹੇ, 2 ਵਾਰੀ ਖੰਨਾ ਸਾਹਿਬ MLA ਰਹਿ ਚੁੱਕੇ ਹੋ, ਜੇ ਤੁਸੀਂ ਹੀ ਕਹਿ ਲਓ ਵੀ ਮਤਲਬ ਕਿ ਧੱਜੀਆਂ ਉਡਾਓਗੇ, ਹੈ ਨਾ, ਜੋ ਗਾਈਡਲਾਈਨਸ ਨੇ ਤਾਂ ਜਿਹੜੇ ਤੁਹਾਡੇ ਵਰਕਰ ਨੇ ਲੋਕ ਉਹਨੂੰ ਕਿਸ ਤਰ੍ਹਾਂ ਜਿਹੜਾ ਫੋਲੋ ਕਰਨਗੇ। ਸੋ ਮੈਨੂੰ ਲੱਗਦਾ ਵੀ ਇਹ ਤਾਂ ਹਰੇਕ ਆਦਮੀ ਨੂੰ ਪਤਾ ਹੁੰਦਾ ਵੀ ਜਿਹੜੀ ਸਟੇਟਮੈਂਟ ਵੀ, ਈਵਨ ਸਿੰਬਲ ਦਾ ਦੂਰ ਦੀ ਗੱਲ, ਸਟੇਟਮੈਂਟ ਵੀ ਜਿਹੜੀ ਮੈਂ ਵੀ ਦਿੱਤੀ ਤਾਂ ਉਹਦੇ ਵਿੱਚ ਵੀ ਅਸੀਂ ਕੋਈ ਇਹ ਅਪੀਲ ਨਹੀਂ ਕੀਤੀ ਵੀ ਭਾਈ ਸਾਡੀ ਪਾਰਟੀ ਨੂੰ ਜਿਹੜਾ ਉਹ ਵੋਟ ਕਰੋ। ਸੋ ਅੱਜ ਜਿਹੜਾ ਪ੍ਰਚਾਰ ਪਰਸੋਂ ਤੋਂ ਖਤਮ ਹੋ ਚੁੱਕਿਆ, ਉਦੋਂ ਬਾਅਦ ਅਸੀਂ ਤਾਂ ਨਾ ਸੋਸ਼ਲ ਮੀਡੀਆ 'ਤੇ, ਨਾ ਇੰਸਟਾਗ੍ਰਾਮ 'ਤੇ, ਨਾ ਫੇਸਬੁੱਕ 'ਤੇ ਕੋਈ ਅਪੀਲ ਨਹੀਂ ਲੋਕਾਂ ਨੂੰ ਕੀਤੀ। ਇੱਕੋ ਕਹਿ ਰਿਹਾ ਵੀ ਭਾਈ ਨਿਕਲ ਕੇ ਵੋਟ ਜਿਹੜੀ ਜ਼ਰੂਰ ਪਾਓ। ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਅਰਵਿੰਦ ਖੰਨੇ ਨੂੰ ਲੈ ਕੇ? ਹਾਂਜੀ, ਪਾਰਟੀ ਵੱਲੋਂ ਜਿਹੜੀ ਉਹ ਕੀਤੀ ਗਈ ਹੈਗੀ, ਅਤੇ ਦੇਖਦੇ ਇਲੈਕਸ਼ਨ ਕਮਿਸ਼ਨ ਕੀ ਫੈਸਲਾ। ਸਿਮਰਨਜੀਤ ਸਿੰਘ ਮਾਨ, ਸੁਖਪਾਲ ਖਹਿਰਾ, ਕਿਸ ਤਰੀਕੇ ਨਾਲ ਦੋ ਵੱਡੇ ਚਿਹਰੇ ਜਿਹੜੇ ਹੈਵੀਵੇਟ ਚਿਹਰੇ ਜਿਹੜੇ ਨੇ ਉਹ ਸੰਗਰੂਰ 'ਚ ਨਜ਼ਰ ਆਉਂਦੇ ਨੇ, ਔਰ ਸਿਮਰਨਜੀਤ ਸਿੰਘ ਮਾਨ ਤਾਂ ਮੈਂਬਰ ਪਾਰਲੀਮੈਂਟ ਵੀ ਨੇ, ਮੁਕਾਬਲਾ ਕਿਸ ਦੇ ਨਾਲ ਦੇਖਦੇ? ਮੈਂ ਅੱਗੇ ਵੀ ਬੜਾ ਕਿਹਾ ਕਿ ਦੂਜੇ ਨੰਬਰ 'ਤੇ ਆਉਣ ਲਈ ਇਹਨਾਂ ਦੀ ਬੜੀ ਫਸਵੀਂ ਟੱਕਰ ਹੈ। ਪਹਿਲਾਂ ਤਾਂ ਦੇਖੋ ਟੱਕਰ ਸੀ ਦੂਜੇ 'ਤੇ ਆਉਣ ਲਈ ਇਕੱਲੀ ਖਹਿਰਾ ਸਾਹਿਬ ਅਤੇ ਮਾਨ ਸਾਹਿਬ ਦੀ, ਹੁਣ ਵਿੱਚ ਮੈਨੂੰ ਲੱਗਦਾ ਸਾਰਿਆਂ 'ਚੋਂ ਹੀ ਕੋਈ ਸਮਝ ਨਹੀਂ ਆ ਰਿਹਾ ਭਾਈ ਇਹਨਾਂ 'ਚੋਂ ਦੂਜੇ 'ਤੇ ਜਿਹੜਾ ਉਹ ਕੌਣ ਆਊ। ਆਮ ਆਦਮੀ ਪਾਰਟੀ ਇੱਕ ਪਾਸੜ ਵੱਡੀ ਲੀਡ ਲੈ ਕੇ ਜਿਹੜੀ ਜਿੱਤ ਹੈ ਉਹ ਦਰਜ ਕਰੂਗੀ, ਦੂਜੇ 'ਤੇ ਕੌਣ ਆਉਣਾ ਇਹ 4 ਨੂੰ ਪਤਾ ਲੱਗੂ। ਇੰਡੀਆ ਅਲਾਇੰਸ ਦੀ ਮੀਟਿੰਗ ਹੋ ਰਹੀ ਹੈ ਦਿੱਲੀ ਦੇ ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਵੀ ਗਏ ਹੋਏ ਨੇ, ਖੜਗੇ ਸਾਹਿਬ ਵੀ ਨੇ, ਔਰ ਉਹ ਇਹ ਦਾਅਵਾ ਕਰ ਰਹੇ ਨੇ ਕਿ 300 ਤੋਂ ਵੱਧ ਸੀਟਾਂ ਆ ਰਹੀਆਂ, ਜਦੋਂ ਲਗਾਤਾਰ ਗੱਲਬਾਤ ਹੁੰਦੀ ਸੀ ਕਿ ਸਰਕਾਰ ਜਿਹੜੀ ਹੈ ਉਹ ਇੰਡੀਆ ਅਲਾਇੰਸ ਹੀ ਬਣੇਗੀ। ਇੰਡੀਆ ਅਲਾਇੰਸ ਦੀ ਸਰਕਾਰ ਬਣਦੀ ਹੈ ਤਾਂ ਫਿਰ ਮੀਤ ਹੇਅਰ ਕੈਬਨਿਟ ਦੇ ਵਿੱਚ ਜਾਣ ਲਈ, ਪੰਜਾਬ ਤੋਂ ਹੁਣ ਸੈਂਟਰ ਦੀ ਕੈਬਨਿਟ ਜਾਣ ਲਈ ਤਿਆਰ ਨੇ? ਪਹਿਲਾਂ 4 ਜੂਨ ਨੂੰ MP ਬਣ ਜੀ, ਉਹ ਮੁੜ ਕੇ ਪਾਰਟੀ ਨੇ ਦੇਖਣਾ ਅਲਾਇੰਸ ਕਿਹਦੀਆਂ ਕਿੰਨੀਆਂ ਸੀਟਾਂ ਆਉਂਦੀਆਂ, ਕੀ ਹੁੰਦਾ, ਬਾਕੀ ਲੀਡਰਸ਼ਿਪ ਜਿਹੜੀ ਡਿਸਾਈਡ ਕਰੂਗੀ ਕਿਹਦੀ ਡਿਊਟੀ ਕਿੱਥੇ ਲਾਉਣੀ ਹੈ। ਮੀਤ ਬੂਥ ਵਲੰਟੀਅਰ ਤੋਂ ਚੱਲਿਆ ਹੋਇਆ, ਬੂਥ ਵੀ ਲਾਉਂਦੇ ਰਹੇ ਹਾਂਗੇ, ਯੂਥ ਦਾ ਪ੍ਰਧਾਨ ਵੀ ਰਹੇ ਹਾਂ, 2 ਵਾਰੀ MLA ਬਣ ਗਏ, ਮੰਤਰੀ ਬਣ ਗਏ, ਪਾਰਟੀ ਨੇ MP ਦੀ ਡਿਊਟੀ ਲਾਈ, ਅਤੇ 2.5 ਮਹੀਨੇ ਹੋ ਗਏ ਮੀਤ ਨੇ ਜਿੱਦਣ ਦੀ ਟਿਕਟ ਦਿੱਤੀ ਹੈ, ਪਿੱਛੇ ਮੁੜ ਕੇ ਦੇਖਿਆ ਵੀ ਟੈਂਪਰੇਚਰ 47 ਡਿਗਰੀ ਹੈ ਕਿ 48, ਰੋਜ਼ 25-25-30-30 ਪ੍ਰੋਗਰਾਮ, ਕਈ ਦਿਨਾਂ 'ਚ ਮੈਂ 35-35 ਵੀ ਕੀਤੇ, ਜਦੋਂ ਇਹ ਦੁਪਹਿਰੇ 3-3 ਘੰਟੇ ਦੀ ਬ੍ਰੇਕ ਵੀ ਰੱਖਦੇ ਨਾ ਦੂਜੇ ਉਮੀਦਵਾਰ ਵੀ ਹੀਟ ਵੇਵ ਚੱਲ ਰਹੀ ਹੈ, ਮੀਤ ਉਦੋਂ ਵੀ 1-2-3 ਵਜੇ ਦੁਪਹਿਰੇ 15-15 ਮਿੰਟ ਦੇ ਫਰਕ ਬਾਅਦ ਵੀ ਜਿਹੜੀਆਂ ਮੀਟਿੰਗਾਂ ਜਿਹੜੀਆਂ ਉਹ ਕਰਦਾ ਸੀ।
ਔਰ ਉਹਦੇ ਸਾਥ ਦਿੱਤਾ ਮੇਰੇ ਸਾਰੇ ਸਾਥੀਆਂ ਨੇ ਸੰਗਰੂਰ ਦੇ ਵਰਕਰ ਸਾਹਿਬਾਨ ਨੇ। ਮੈਂ ਦੇਖਿਆ ਤਗੜੀ ਟੀਮ ਲੈ ਕੇ ਚੱਲ ਰਹੇ ਹੋ, ਪੂਰੀ ਟੀਮ ਹੈ ਤੁਹਾਡੇ, ਦੋਸਤ ਨੇ ਵਰਕਰ ਨੇ ਕੌਣ ਨੇ, ਮਤਲਬ ਕਾਫੀ ਤਗੜੀ ਫੈਨ ਫੋਲੋਇੰਗ ਨਜ਼ਰ ਦੇ ਨਾਲ। ਸਾਰੇ ਜਿਹੜੇ ਵਰਕਰ ਨੇ ਸਾਰੇ ਭਰਾਈ ਨੇ, ਇਹ ਵੀ ਮੇਰੇ ਸਾਰੇ ਭਰਾ ਨੇ, ਮੇਰੇ ਸਕੂਲ ਦੇ ਸਾਥੀ ਆ, ਕਾਲਜ ਦੇ ਸਾਥੀ ਆ। ਜਿਹੜਾ ਬੰਦਾ ਜ਼ਿੰਦਗੀ 'ਚ ਇੱਕ ਵਾਰੀ ਜੁੜਿਆ ਉਹ ਟੁੱਟਿਆ ਨਹੀਂ, ਨਾਲ ਹੀ ਰਿਹਾ। ਲਾਸਟ ਸਵਾਲ, ਕਹਿੰਦੇ ਜਦੋਂ ਇਗਜ਼ਾਮ 'ਚ ਬੈਠਣਾ ਹੁੰਦਾ ਨਾ ਦਿਲ ਦੀ ਧੜਕਣ ਵੱਧ ਜਾਂਦੀ ਹੈ, ਹੁਣ ਤਾਂ ਇਗਜ਼ਾਮ ਚੱਲ ਰਿਹਾ ਵਾ ਔਰ ਲਾਸਟ ਜਿਹੜੇ ਇੱਕ ਦੋ ਘੰਟੇ ਰਹਿ ਗਏ ਨੇ, ਧੜਕਣ ਉਦੋਂ ਵਧੇ ਜਦੋਂ ਤਿਆਰੀ ਨਾ ਕੀਤੀ ਹੋਵੇ। ਹੁਣ ਐਕਸਾਈਟਮੈਂਟ ਹੈ, ਦਿੱਲੀ ਘਰ ਤੇ ਨਹੀਂ ਲੱਭਣਾ ਸ਼ੁਰੂ ਕਰਤਾ? ਅਸੀਂ ਤਾਂ 4 ਨੂੰ ਡੀਕਦੇ ਆ ਵੀ ਜਲਦੀ ਆਵੇ 4, ਦਿੱਲੀ ਘਰ ਲੱਭਣਾ ਸ਼ੁਰੂ ਕਰਤਾ? ਨਹੀਂ ਏਦਾਂ ਨਹੀਂ, ਅਸੀਂ ਕੋਈ ਨਹੀਂ, ਐਡੀ ਕਾਹਲੀ ਕੋਈ ਨਹੀਂ, ਰਿਜ਼ਲਟ ਆਊਗਾ। ਇੱਥੋਂ ਸਾਡੇ ਚੰਡੀਗੜ੍ਹ ਛੱਡ ਕੇ ਜਾਣਾ, ਕੈਬਨਿਟ ਤੋਂ ਪਾਰਲੀਮੈਂਟ ਜਾਣਾ ਸੁੱਖ ਹੈ? ਇਹਦਾ ਜੀ ਮੇਨ ਤਾਂ ਦੇਖੋ ਉੱਥੇ ਦਾ ਉਹਦਾ ਫਰਜ਼ ਜਿਹੜਾ ਨਿਭਾਉਣ ਜਾਣਾ, ਮੇਨ ਤਾਂ ਮੈਂ ਇੱਥੋਂ ਦਾ, ਬਰਨਾਲੇ ਦਾ, ਸੰਗਰੂਰ ਦਾ, ਇਹ ਛੱਡ ਕੇ ਕਦੇ ਨਹੀਂ ਜਾਂਦੇ। ਦਿੱਲੀ ਜਾਈਏ, ਚੰਡੀਗੜ੍ਹ ਜਾਈਏ, ਜੜ੍ਹਾਂ ਸਦਾ ਇੱਥੇ ਰਹਿਣੀਆਂ। ਉੱਥੇ ਦਾ ਸਿਰਫ ਆਪਦਾ ਫਰਜ਼ ਨਿਭਾਉਣ, ਲੋਕਾਂ ਲਈ ਹੱਕ ਲੈਣ ਅਤੇ ਲੋਕਾਂ ਦੇ ਹੱਕਾਂ ਲਈ ਲੜਨ ਜਾਣ। ਲਾਸਟ ਸਵਾਲ, 13 'ਚੋਂ ਕਿੰਨੀਆਂ ਸੀਟਾਂ ਹੁਣ ਤੁਹਾਨੂੰ ਨਜ਼ਰ ਆਈਆਂ, ਕਿਉਂਕਿ CID ਦੀ ਰਿਪੋਰਟ ਤੁਹਾਡੇ ਕੋਲ ਵੀ ਆ ਗਈ ਹੋਣੀ ਹੈ? ਇਸ ਵੇਲੇ ਮਾਹੌਲ ਜਿਹੜਾ ਵੋਟ ਪਰਸੈਂਟੇਜ ਜਦੋਂ 50% ਦੇ ਕਰੀਬ ਹੋ ਚੁੱਕੀ ਹੈ, ਔਰ ਤੁਹਾਨੂੰ ਇਸ ਵੇਲੇ ਕੀ ਰਿਪੋਰਟ ਨਜ਼ਰ ਆ ਰਹੀ, ਕਿੰਨੀਆਂ ਸੀਟਾਂ ਸਰ? ਅਸੀਂ ਤਾਂ 13 ਹੀ ਕਹਾਂਗੇ ਵੀ 13-13 'ਚ ਰਹੇ ਹਾਂ, ਕਿਉਂਕਿ ਸਾਰੇ ਪਾਸੇ ਸਾਨੂੰ ਲੱਗਦਾ ਵੀ ਸਾਡੇ ਡਿਵੈਲਪਮੈਂਟ ਦੇ ਕੰਮਾਂ 'ਤੇ ਜਿਹੜੇ ਲੋਕ ਹੈ ਉਹ ਮੋਹਰ ਹੈ ਜਿਹੜੀ ਉਹ ਲਾਉਣਗੇ, ਅਤੇ ਸਾਨੂੰ ਪੂਰੀ ਉਮੀਦ ਹੈ ਵੀ ਭਾਈ ਸਾਡੇ 13 ਦੇ 13 ਸਾਥੀ ਜਿੱਤ ਕੇ ਲੋਕ ਸਭਾ ਜਾਵਾਂਗੇ। ਚਲੋ, ਬੈਸਟ ਆਫ ਲੱਕ। ਇਹ ਸਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ, ਅਤੇ ਕਹਿ ਰਹੇ ਨੇ ਕਿ 13 ਸੀਟਾਂ ਅਸੀਂ ਜਿੱਤ ਸਕਦੇ ਹਾਂ। ਹੁਣ ਅਖੀਰਲੇ ਕੁਛ ਹੀ ਘੰਟੇ ਬਚੇ ਨੇ ਔਰ ਪੂਰੀ ਵਾਹ ਜਿਹੜੀ ਆ ਤਮਾਮ ਸਿਆਸੀ ਪਾਰਟੀਆਂ ਦੇ ਉਮੀਦਵਾਰ ਲਗਾਉਂਦੇ ਹੋਏ ਨਜ਼ਰ ਆਏ, ਔਰ ਵੋਟਿੰਗ ਪਰਸੈਂਟੇਜ ਵੀ ਤਮਾਮ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਧਿਆਨ ਦੇ ਵਿੱਚ ਹੈ। ਆਪਣੇ ਸਹਿਯੋਗੀ ਸੁਖਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਬਰਨਾਲਾ।